ਪਹਿਲਾਂ ਇੱਕ ਮਿੰਟ ਵਾਸਤੇ ਆਪ ਖੜੇ ਹੋ ਜਾਓ। ਮੈਂ ਬੜਾ ਬਿਹਤਰੀਨ ਅਪਸੋਟ ਪਾਇਆ ਹੈ, ਮੈਂ ਤੁਹਾਡੇ ਨਾਲ ਚੋਰੀ ਸਭ ਤੁਹਾਡੇ ਨਾਲ ਬੈਠੇ ਦਾੜੀ ਵਾਲੇ ਖੜੇ ਹੋ ਜਾਓ। ਇਹ ਸਾਰੇ ਖੁਸ਼ ਨਸੀਬ ਦੀ ਜ਼ਿਆਦਾ ਅਸਰ ਮਾਮਲਾ ਘੁੰਮ ਕੇ ਸਾਰੇ ਲਿਖਾਓ। ਇਹ ਕੈਮਰਾਮੈਨ ਥੋੜ੍ਹੀ ਜਿਹੀ ਆਪ ਐਕਟੀਵਿਟੀ ਦਿਖਾਓ, ਇਹਨਾਂ ਦੀ ਜ਼ਿਆਦਾ ਸਰਕਾਰ ਦੇ ਗੁਲਾਮਾਂ ਨੂੰ ਕਰਾਓ ਰਾਓ। ਇਹ ਲਾਈਵ ਕੈਮਰਾ ਚੱਲ ਰਿਹਾ ਅਲਹਮਦੁਲਿਲਾ, ਬਹੁਤ ਖੁਸ਼ ਨਸੀਬ ਸ਼ਖਸ ਅਤੇ ਮਾਸ਼ਾਅੱਲਾ ਜਿੰਨੀ ਮੈਂ ਤੁਹਾਨੂੰ ਨਾਰਾ ਲੱਗਾ ਇਹ ਆਪਦਾ ਹੱਥ ਥੱਲੇ ਨਹੀਂ ਹੋਇਆ। ਪੂਰੀ ਮਹਿਫਲ ਇਕੱਲਾ ਬੰਦਾ ਮੈਂ ਨੋਟ ਫਰਮਾ ਚੁੱਕਿਆ ਹਾਂ, ਬੜਾ ਖੁਸ਼ ਅੰਦਾਜ਼ ਮੈਂ ਆਪਣੇ ਸ਼ੁਰੂ ਫਰਮਾ ਰਿਹਾ। ਮਾਲਿਕ ਆਪਣੂੰ ਖੈਰ ਸੁਣਾ ਰੱਖੇ ਯਾਰ, ਕਮਾਲ ਦਿਲ ਖੁਸ਼ ਕਰਦੀ ਆ ਆਪਣੇ ਐਕਟੀਵਿਟੀ ਆਪ ਵੀ ਦਿਖਾਇਆ ਕਰੇ। ਰਾਓ ਵਸੀਮ ਸਾਹਿਬ ਨੇ ਬੜਾ ਹਸੀਨ ਅੰਦਾਜ਼ ਸੇ ਆਪਣੀ ਹਾਜ਼ਰੀ ਪੇਸ਼ ਮਾਰੇ ਤੇ ਔਰ ਆਪ ਯਕੀਨਨ ਬੜੇ ਤਹੱਮਲ ਕੇ ਸਾਥ ਤਸ਼ਰੀਫ ਫਰਮਾ ਤੇ। ਮਾਲਿਕ ਆਪਕੇ ਕਾਰੋਬਾਰ ਵੀ ਬਰਕਤ ਅਤਾ ਫਰਮਾਏ। ਅਜ਼ੀਜ਼ਾਨ ਮੁਹਤਰਮ, ਮੁਝੇ ਜ਼ਿਕਰ ਹੁਸੈਨ ਕਰਨਾ ਹੈ। ਕੋਈ ਬੈਠਾ ਹੁਸੈਨ? ਆਵਾਜ਼ ਬੁਲੰਦ ਬੋਲੋ ਸੁਭਾਨ ਅੱਲਾਹ ਯਾਰ, ਔਰ ਯਕੀਨਨ ਅਕੇਲੇ ਹੀ ਕਰਨਾ ਹੈ। ਫਿਰ ਬੋਲੋ ਸੁਭਾਨ ਅੱਲਾਹ। ਕੋਈ ਹਿੰਦੂ, ਕੋਈ ਈਸਾਈ, ਕੋਈ ਚੈਨੀ ਹੋ ਗਿਆ, ਕੋਈ ਹਿੰਦੂ ਜ਼ਹੀਰ ਭਾਈ ਛੋਟੀ ਗੰਦਰਾ ਜ਼ਹੀਰ ਬਾਦ ਸ਼ਾਹ ਸਾਹਿਬ ਉਹ ਗੁਜ਼ਰਾ ਡਿਊਟੀ ਦੇਣੇ ਦੇ ਮੁਝੇ ਪ੍ਰੋਬਲਮ ਹੋਗੀ, ਅਗਰ ਆਪ ਆਪਣਾ ਮਸਰੂਫ ਰੱਖੇ ਗਏ ਲੋਕ ਮਿਹਰਬਾਨੀ ਉਹਨੂੰ ਆਪਣਾ ਕੰਮ ਕਰਨਾ ਦੀਜੀਏ ਤਾਂ ਕਿ ਮੈਂ ਵੀ ਆਪਣਾ ਕੰਮ ਕਰ ਸਕਾਂ। ਕੋਈ ਹਿੰਦੂ, ਕੋਈ ਈਸਾਈ, ਕੋਈ ਚੈਨੀ ਹੋ ਗਿਆ, ਕੋਈ ਹਿੰਦੂ, ਕੋਈ ਈਸਾਈ, ਕੋਈ ਚੈਨੀ ਹੋ ਗਿਆ, ਜੋ ਆਇਆ ਬਸ ਮੈਂ ਹੁਸੈਨ ਮੈਂ ਉਹ ਹੁਸੈਨੀ ਹੋ ਗਿਆ, ਜੋ ਆਇਆ ਬਸ ਮੈਂ ਹੁਸੈਨ ਮੈਂ ਉਹ ਹੁਸੈਨੀ ਹੋ ਗਿਆ। ਲਾਹੌਰ ਸੇ ਸ਼ਾਦਰਾ ਕੀ ਸਰਜ਼ਮੀਨ ਸੇ ਅਜ਼ੀਮ ਬਾਪ ਕੇ ਅਜ਼ੀਮ ਹੈ ਅਜ਼ੀਮ ਲਖੀ ਮੈਂ ਫਿਰ ਉਹ ਭਾਈ ਵਾਹਿਦ ਅਲੀ ਵਾਹਿਦ ਜੂਸੀ ਸਾਹਿਬ ਆਪਨੇ ਮੁਝੇ ਬੜਾ ਖੂਬਸੂਰਤ ਤੋਹਫਾ ਦਿਆ। ਮੈਂ ਉਹ ਆਪਕੋ ਚਾਹ ਰਹਾ ਹੂੰ ਕਹਤੇ ਰਸੂਲ ਨਾਨਾ ਬਾਬਾ ਅਲੀ ਰਸੂਲ ਨਾਨਾ ਬਾਬਾ ਅਲੀ ਆਪਕੀ ਬਿਹਾਰ ਕੀ ਸਰਜ਼ਮੀਨ ਸੇ ਅਜ਼ੀਮ ਬਾਪ ਕੇ ਅਜ਼ੀਮ ਬੇਟੇ ਉਹ ਭਾਈ ਸ਼ਾਹ ਸ਼ਾਹ ਕਾਬ ਕਮਰਾਨ ਫਰੂਕ ਕਮਰ ਕਾਦਰੀ ਸਾਹਿਬ ਆਪਨੇ ਵੀ ਇਹ ਗਲੀ ਗਲੀ ਕੋਨੇ ਕੋਨੇ ਜੇ ਪੈਗਾਮ ਪਹੁੰਚਾ ਚੁੱਕੇ ਹੈ। ਮੈਂ ਵੀ ਆਪਣਾ ਇਹ ਪ੍ਰੋਗਰਾਮ ਪਹੁੰਚਾ ਰਹਾ ਹੂੰ ਕਿ ਰਸੂਲ ਨਾਨਾ ਬਾਬਾ ਅਲੀਏ ਰਸੂਲ ਨਾਨਾ ਬਾਬਾ ਅਲੀਏ ਅਜੇ ਵੀ ਪੁੱਛ ਰਹਾ ਹੈ ਹੁਸੈਨ ਕੀ ਹੈ ਹੁਸੈਨ ਗੋਦੇ ਨਬੀ ਚਪਲਿਆ ਇਮਾਮ ਛਲਿਆ ਹੁਸੈਨ ਗੋਦੇ ਨਬੀ ਚ ਬਲਿਆ ਇੱਕ ਤੀਸਰਾ ਇਮਾਮ ਛਲਿਆ ਤਿੰਨ ਨੂੰ ਹੁਸੈਨ ਗੋਦੇ ਨਬੀ ਚ ਬਲਿਆ ਇੱਕ ਤੀਸਰਾ ਇਮਾਮ ਛਲਿਆ ਹੁਸੈਨ ਪੰਜ ਦਾ ਪੰਜਵਾ ਜੀਏ ਅਜੇ ਵੀ ਪੁੱਛ ਰਿਹਾ ਹੁਸੈਨ ਕੀ ਹੈ ਅਜੇ ਵੀ ਪੁੱਛ ਰਿਹਾ ਹੁਸੈਨ ਕੀ ਹੈ ਹੈਰਾਨ ਸਭ ਸ਼ਕੀ ਦੀ ਟੋਲੇ ਹੈਰਾਨ ਸਭ ਸ਼ਕੀ ਦੀ ਟੋਲੇ ਬਗੈਰ ਬਾਦੇ ਹੁਸੈਨ ਬੋਲੇ ਸ਼ਹੀਦਾਂ ਦੀ ਇਹ ਹੋ ਜ਼ਿੰਦਗੀ ਹੈ ਅਜੇ ਵੀ ਪੁੱਛ ਰਿਹਾ ਹੁਸੈਨ ਕੀ ਹੈ ਨਾ ਆਖੀ ਪਿਆਸਾ ਤਕਬੀਰ ਮੇਰਾ ਨਾ ਆਖੀ ਪਿਆਸਾ ਤਕਬੀਰ ਮੇਰਾ ਮਜਬੂਰ ਵੀ ਨਹੀਂ ਸ਼ਬੀਰ ਮੇਰਾ ਖੁਦਾ ਦੀ ਹਰ ਸ਼ੈ ਹੁਸੈਨ ਦੀ ਏ ਅਜੇ ਵੀ ਪੁੱਛਣਾ ਹੈ ਹੁਸੈਨ ਕੀ ਏ ਸਬਰ ਵੀ ਜਿਸਦੇ ਐਨਾਦ ਕਰਦਾ ਸਬਰ ਵੀ ਜਿਸਦੇ ਐਨਾਦ ਕਰਦਾ ਕਿਹੜਾ ਸਾਬਿਰ ਹੁਸੈਨ ਵਰਗਾ ਲੁਟਾ ਕੇ ਸਭ ਕੁਛ ਨਾ ਕੀਤਾ ਸੀ ਏ ਅਜੇ ਵੀ ਪੁੱਛਣਾ ਹੈ ਹੁਸੈਨ ਕੀ ਏ ਉਹ ਥੋੜ ਦੇਦਾ ਨਹੀਂ ਆਣ ਵਾਹਿਦ ਉਹ ਦੇਦਾ ਦਰਦਰ ਨਹੀਂ ਚਾਰ ਵਾਹਿਦ ਅਲੀ ਦਾ ਪੁੱਤਰ ਬੜਾ ਸਖੀ ਏ ਅਜੇ ਵੀ ਪੁੱਛਣਾ ਹੈ ਹੁਸੈਨ ਕੀ ਏ ہر کام میں کہو شاہی مدد اس لیے ہر کام میں کہو شاہی مدد کب ہے نیا بن ہمارا یا علی مدد بچپن سے اپنے گھر میں سنا شاہی مدد تھوڑی سی حرف و صورت کی پہچان جب ہوئی سب سے بڑی لگی یہ صدا شان مدد پیروں کو پہلی بار چھوا جب زمین نے لپٹا تو میری ماں نے کہا شان مدد صدا شکر ہے کہ ہم ازل سے منافق نہیں رہے ہر اثر کی زبان میں رہا شان مدد اگر تو سن ہو میرا اندازے میرا مجھے میرے انعام میں کہو شان مدد ਦੀਨ ਅਲੀ ਨੇ
जिक्र तो सड़ना है पीर अली दे, जिक्र तो सड़ना है हल्की डले जलेगी अकील साओ पीर अली दे, जिक्र तो सड़ना है पीर अली दे, परेशानी होना उपे अली वाला खुश हो के पीर अली दे, जिक्र तो सड़ना है सिर्फ मुनकर वास्ते पीर अली दे, लख दी लानत आई पाप की छाज बड़ी बड़ी भी पाप की छाज, लख दी लानत आई जिन्ना दी अजमत दा राखा आप है खुदा मंदाला, नुक्स दी निस्बत ओथे करना है लख दी लानत आई इशारा करता है अली से सारे अज़हाब को मानो हर पूरा करके सदक का ताजदार अदब का पहरेदार सखा का अलंकार और हैदर करार है जिनको उनसे प्यार वो बोले तेरे यार हक हक चार चार हक हक चार हक हक चार अपने मैदान की पहचान दी पता चले सारे अपने भी छड़े हक ना करो अल्लाह मोहम्मद चार यार हाजी ख्वाजा मुतब फरीद तशिलाते हैं शहर लाहौर से तशिलाए हुए हमारी आज इस तरफ के मानसना खान खूबसूरत आवाज़ अंदाज के हान सना खान।